ਤਉ ਅਨੁਰੂਪਾਨ ਤ੍ਰਿਤਮਾਨ ਤਰਾ ਤਾਰੇ ਅਨਵਿਕਾਰੇ ਅਸਤਾਰੇ ਹਉ ਮਤਮੰਦ ਚਰਨ ਸ਼ਰਣਾ ਗਤ ਕਰ ਗਹਿ ਲਿਹੁ ਉਬਾਰੇ ਹਉ ਮਤਮੰਦ ਚਰਨ ਸ਼ਰਣਾ ਗਤ ਕਰ ਗਹਿ ਲਿਹੁ ਉਬਾਰੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁ ਭੰਤੇ ਰਾਮ ਗੁਸਈਆ ਜੀ ਕੇ ਜੀਵਨ ਮੋਹਿ ਨ ਬਿਸਾਰ ਹੋ ਮੈਂ ਜਨ ਤੇਰਾ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਏ ਕਹ ਰਵਿਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰ ਨ ਬਿਲਾੰਭਾ ਕਹ ਰਵਿਦਾਸ ਪਰੋਂ ਤੇਰੀ ਸੰਭਾ ਬੇਗ ਮਿਲੋ ਜਨ ਕਰ ਨ ਬਿਲਾੰਭਾ ਮਿੱਤਰ ਪਿਆਰੇ ਨੂੰ ਹਾਲ ਮੂਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਯਾਰੜੇ ਦਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਉ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਸਕਹੋ ਟਲ ਗੁਰ ਸੇਵੀਐ ਅਹਨਸ ਸਹਜ ਆਏ ਦਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੋਰ ਸੋਹ ਝਟੇ ਐ ਮਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕਟੇ ਐ ਸਜਣਾ ਸੱਚਾ ਪਾਤਸ਼ਾਹ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਬ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਬਾਣੇਂਦਰੰਕਰ ਹੈ ਤਸ ਜੇਵੜ ਅਵਰ ਨ ਕੋਏ ਵਾਹ ਵਾਹ ਅਗਮ ਅਥਾ ਹੋ ਹੈ ਵਾਹ ਵਾਹ ਸਚਾ ਸੋਏ ਵਾਹ ਵਾਹ ਬਣੇਂਦਰੰਕਰ ਹੈ ਤਸ ਜੇਵੜ ਅਵਰਨ ਕੋਏ ਵਾਹ ਵਾਹ ਅਗਮ ਅਥਹ ਹੋ ਹੈ ਵਾਹ ਵਾਹ ਸਚਾ ਸੋਏ वाहो वाहो वे प्रवाहो है वाहो वाहो कर होए वाहो वाहो अमृत नाम है गुरु मुख पावै को वाहो वाहो कर्मी पाई है ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਨ ਨਾਮ ਲਐ ਮਹੱਲਾ ਤੀਜਾ ਬਿਨ ਸਤਗੁਰ ਸੇਵੈ ਸੰਤਨ ਆਵੈ ਦੂਜੇ ਨਾਹੀ ਜਾਏ ਜੇ ਬਹੁਤੇ ਰਾ ਲੋਚੀਐ ਵੇਨ ਕਰਮ ਨਾ ਪਾਇਆ ਜਾਏ ਜਿਨ ਅੰਤਰ ਲੋਭ ਵਿਕਾਰ ਹੈ ਦੂਜੈ ਭਾਏ ਖੁਆਏ ਜੰਮਣ ਮਰਣ ਨ ਚੁੱਕਏ ਹਉਮੈ ਵਿੱਚ ਦੁੱਖ ਪਾਏ ਜੰਨਾ ਸਤਗੁਰ ਸਿਓ ਚਿਤ ਲਾਇਆ ਜੰਨਾ ਸਤਗੁਰ ਸਿਓ ਚਿਤ ਲਾਇਆ ਸੋ ਖਾਲੇ ਕੋਈ ਨਾ ਹੈ ਤੈਨ ਜਮ ਕੇ ਤਲਬ ਨ ਹੋਵੈ ਨਾ ਓਏ ਦੁਖ ਸਹਾਂ ਹੈ ਨਾਨਕ ਗੁਰਮੁਖ ਉੱਭਰੇ ਸੱਚੇ ਸ਼ਬਦ ਸਮਾਹੇ ਪਉੜੇ ਢਾਡੇ ਤਿਸਨੋ ਆਖੇ ਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੇ ਵਿਚਾਰ ਟਡੇ ਦਰ ਘਰ ਪਾਏ ਸੇ ਸੱਚ ਰੱਖੇ ਉਰਤਾਰ ਢਾਡੇ ਕਮਹਲ ਅਗਲਾ ਹਰ ਕੈ ਨਾਏ ਪਿਆਰ ਢਾਡੇ ਕੇ ਸੇਵਾ ਚੱਕਰੇ ਹਰ ਜਪ ਹਰ ਨਿਸਤਾਰ ਟਾਡੇ ਕਾ ਮਹਲ ਅਗਲਾ ਹਰ ਕੈ ਨਾਏ ਪਿਆਰ ਟਾਡੇ ਕੇ ਸਿਵਾ ਚੱਕਰੇ ਹਰ ਜਪ ਹਰ ਨਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਲੇ ਵਿਛੇਪ ਪਰਮਾਦ ਉਰਨਿੰਦਰਾ ਇਹ ਚਾਰ ਪ੍ਰਕਾਰ ਦੀਆਂ ਵਿਰਤੀਆਂ ਨੇ ਜਿਹੜੀਆਂ ਸਾਡੇ ਮਨ ਅੰਦਰ ਵਰਤਦੀਆਂ ਜਦੋਂ ਅਸੀਂ ਗੁਰਬਾਣੀ ਪੜਨ ਲੱਗਦੇ ਹਾਂ ਸੁਣਨ ਲੱਗਦੇ ਹਾਂ ਜਾਂ ਕੀਰਤਨ ਸੁਣ ਰਹੇ ਹਾਂ ਜਾਂ ਕਥਾ ਸੁਣ ਰਹੇ ਹਾਂ ਉਸ ਵੇਲੇ ਅੰਤਿਸ਼ ਕਰਨ ਦੀਆਂ ਇਹ ਚਾਰ ਵਰਤੀਆਂ ਨੂੰ ਕਾਬੂ ਕਰਨਾ ਜ਼ਰੂਰੀ ਹੈ ਵਿਲਾ ਦਾ ਅਰਥ ਹੁੰਦਾ ਹੈ ਪਤਾ ਹੀ ਨਹੀਂ ਲੱਗਣਾ ਵੀ ਸੁਰਤੀ ਕਿੱਥੇ ਹੈ ਕਥਾ ਸਾਰੀ ਲੰਘ ਗਈ ਕੀਰਤਨ ਇੱਕ ਕੰਟਾ ਕੀਰਤਨੀਆਂ ਨੇ ਕੀਤਾ ਪਤਾ ਹੀ ਨਹੀਂ ਲੱਗਾ ਕਿ ਕਿਹੜਾ ਸ਼ਬਦ ਪੜਿਆ ਹੈ ਕਥਾ ਵਿੱਚ ਕੀ ਵਿਚਾਰ ਹੋਈ ਹੈ ਸੁਰਤੀ ਉੱਥੇ ਸੀਗੀ ਨਹੀਂ ਵਰਤੀ ਪਤਾ ਨਹੀਂ ਕਿੱਥੇ ਜਾ ਕੇ ਲੈ ਹੋ ਗਈ ਸਾਨੂੰ ਖੁਦ ਵੀ ਇਹਦਾ ਪਤਾ ਨਹੀਂ ਹੁੰਦਾ ਵੀ ਵਰਤੀ ਕਿੱਥੇ ਜਦੋਂ ਇੱਕ ਘੰਟਾ ਬੀਤ ਜਾਂਦਾ ਹੈ ਕਹਿੰਦੇ ਹੈ ਭੋਗ ਵੀ ਪੈ ਗਿਆ ਸਮਾਪਤੀ ਵੀ ਹੋ ਗਈ ਪਤਾ ਹੀ ਨਹੀਂ ਲੱਗਾ ਕਿ ਸੁਰਤ ਕਿੱਥੇ ਸੀ ਇਹਨੂੰ ਕਹਿੰਦੇ ਆ ਬਿਲਾ ਦੂਸਰੀ ਵਰਤੀ ਹੁੰਦੀ ਹੈ ਵਿਕਸ਼ੇਪਤਾਈ ਦੀ ਚੰਚਲਤਾਈ ਦੀ ਉਹ ਵੀ ਸਾਡੇ ਮਨ ਅੰਦਰ ਵਰਤਦੀ ਹੈ ਚੰਚਲ ਕਬਹੂ ਜਿਹੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਇੱਕ ਜਗ੍ਹਾ ਤੇ ਟਿਕਦਾ ਨਹੀਂ ਹੈ ਮਨ ਕਦੇ ਕਿਤੇ ਕਦੇ ਕਿਤੇ ਉਦੋਂ ਸਾਡੀ ਬਿਰਤੀ ਬਲੈ ਨਹੀਂ ਹੁੰਦੀ ਉਦੋਂ ਸਾਨੂੰ ਪਤਾ ਹੁੰਦਾ ਵੀ ਸਾਡਾ ਮਨ ਕਿੱਥੇ ਹੈ। ਵਿਲੈ ਵਿੱਚ ਪਤਾ ਹੀ ਨਹੀਂ ਹੁੰਦਾ ਮਨ ਕਿੱਥੇ ਹੈ। ਪਰ ਵਿਖਸ਼ੇਪਤਾਈ ਵਿੱਚ ਮਨ ਦਾ ਪਤਾ ਹੁੰਦਾ ਵੀ ਇਸ ਵੇਲੇ ਕੀ ਫੁਰਨਾ ਹੋ ਰਿਹਾ ਹੈ, ਕੀ ਸੰਕਲਪ ਆ ਰਿਹਾ ਹੈ, ਕੀ ਕੁ ਫੁਰਨਾ ਆ ਰਿਹਾ ਹੈ, ਕਿੱਥੇ ਜਾ ਰਿਹਾ ਹੈ। ਇਹਨੂੰ ਕਹਿੰਦੇ ਆ ਵਿਖਸ਼ੇਪਤਾਈ। ਤੀਸਰਾ ਹੈ ਪਰਮਾਦ। ਪਰਮਾਤ ਕਰਨ ਦਾ ਮਤਲਬ ਹੁੰਦਾ ਵੀ ਖਰਾਬੀਆਂ ਕਰਨੀਆਂ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਅਚਾਨਕ ਕਿਸੇ ਦੀ ਗੱਲ ਸਾਡੇ ਕੰਨਾਂ ਵਿੱਚ ਪਈ ਕੋਈ ਬੋਲਦਾ ਸੀ ਸਾਡਾ ਧਿਆਨ ਮਨ ਦਾ ਉਸ ਪਾਸੇ ਚਲਾ ਗਿਆ ਉਹਨੂੰ ਕਹਿੰਦੇ ਆ ਪਰਮਾਦ ਅੱਖਾਂ ਦੁਆਰਾ ਕੋਈ ਚੰਗਾ ਰੂਪ ਵੇਖਿਆ ਮਨ ਉਸ ਪਾਸੇ ਜਾ ਕੇ ਵਿਕਾਰੀ ਹੋਣ ਲੱਗ ਪਿਆ ਉਸ ਦਾ ਨਾਮ ਹੈ ਪਰਮਾਦ ਇਹ ਪਰਮਾਦ ਦੀ વૃਤੀ ਵੀ ਸਾਡੇ ਅੰਦਰ ਚੱਲਦੀ ਹੈ ਚੌਥਾ ਹੈ ਨਿੰਦਰਾ ਅਚਾਨਕ ਚੰਗੇ ਭਲੇ ਸੌਂ ਕੇ ਆਏ ਹਾਂ ਅੱਤ ਅੱਠ ਘੰਟੇ ਨੀਂਦ ਪੂਰੀ ਕੀਤੀ ਹੈ ਨਿਤਨੇਮ ਦੀ ਪੋਥੀ ਫੜੀ ਐ ਹਾਲੇ ਜਪਜੀ ਸਾਹਿਬ ਅੱਧਾ ਨਹੀਂ ਹੋਇਆ ਤੇ ਨੀਂਦ ਆਉਣ ਲੱਗ ਪਈ ਹਾਲੇ 15 ਮਿੰਟ ਕਥਾ ਸ਼ੁਰੂ ਨੂੰ ਹੋਏ ਨੇ ਉਹ ਨਹੀਂ ਹੋਏ ਤੇ ਨਿੰਦਰਾ ਆਉਣ ਲੱਗ ਪਈ ਸੁਣਦੇ ਆ ਸੁਣਦੇ ਆ ਕੀਰਤਨ ਸੁਣਦੇ ਆ ਇਹਨੂੰ ਕਹਿੰਦੇ ਆ ਨਿੰਦਰਾ ਇਹਨਾਂ ਚਾਰਾਂ ਦੀ ਸਾਧਨਾ ਕਰਕੇ ਇਹਨਾਂ ਚਾਰਾਂ ਨੂੰ ਕਾਬੂ ਕਰਨ ਦਾ ਨਾਮ ਹੈ ਯਮ ਕੇਨਾਂ ਚਾਰਾਂ ਤੇ ਕਾਬੂ ਕਰਨਾ ਔਰ ਇਹਨਾਂ ਚਾਰਾਂ ਨੂੰ ਕਾਬੂ ਕਰਨ ਦਾ ਬੜਾ ਵਧੀਆ ਤਰੀਕਾ ਹੈ ਸਾਧ ਸੰਗਤ ਵਿੱਚ ਆ ਕੇ ਕੀਰਤਨ ਤੇ ਕਥਾ ਸੁਣਨਾ ਜੇ ਕਿਤੇ ਵਿਰਤੀ ਬਲੈ ਹੋਣ ਲੱਗੇ ਤੇ ਸਾਵਧਾਨ ਹੋ ਜਾ ਸਰੀਰ ਦੇ ਢਿੱਲਾ ਕਰਕੇ ਬੈਠੇ ਆ ਤੇ ਸੁਭਾਵਕ ਹੈ ਸੁਰਤੀ ਸਾਡਾ ਮਨ ਵਿਲੈ ਹੋਵੇਗਾ ਪਤਾ ਹੀ ਨਹੀਂ ਲੱਗੇਗਾ ਕਿੱਥੇ ਚਲਾ ਗਿਆ ਵਿਲੈ ਹੋਣ ਲੱਗੇ ਕਥਾ ਸੁਣਦਿਆਂ ਕੀਰਤਨ ਸੁਣਦਿਆਂ ਸਾਵਧਾਨ ਮਨ ਵਿੱਚ ਕੋਈ ਫੁਰਨਾ ਇੱਧਰ ਉੱਧਰ ਹੋਣ ਲੱਗਾ ਹੈ ਆਉਣ ਲੱਗਾ ਤਾਂ ਫਿਰ ਉਸੇ ਵੇਲੇ ਮਨ ਨੂੰ ਜੋ ਕਥਾ ਵਿੱਚ ਸ਼ਬਦ ਵਿਚਾਰ ਚੱਲ ਰਹੀ ਹੈ ਕੀਰਤਨ ਵਿੱਚ ਸ਼ਬਦ ਚੱਲ ਰਿਹਾ ਹੈ ਉਹਨੂੰ ਮੁੜ ਕੇ ਫਿਰ ਉੱਥੇ ਲਾਉਣਾ ਇਸੇ ਤਰ੍ਹਾਂ ਜੇ ਕਿਤੇ ਪਰਮਾਦ ਆਉਣ ਲੱਗਾ ਹੈ ਮਨ ਵਿੱਚ ਤਾਂ ਮਨ ਨੂੰ 모ੜ-모ੜ ਕੇ ਫਿਰ ਸ਼ਬਦ ਵੱਲ ਜੋੜਨਾ ਨਿੰਦਰਾ ਆਉਣ ਲੱਗੀ ਹੈ ਤਾਂ ਸਾਵਧਾਨ ਹੋ ਜਾਣਾ ਤਿਆਰ ਬਰ ਤਿਆਰ ਹੋ ਜਾਣਾ ਸਤ ਸੰਗਤ ਵਿੱਚ ਆ ਕੇ ਕਥਾ ਤੇ ਕੀਰਤਨ ਦੁਆਰਾ ਇਹ ਪਹਿਲਾ ਯਮ ਸਾਧਿਆ ਜਾ ਸਕਦਾ ਹੈ yogi log is yam di sadhna layi ਨਿੰਦਰਾ ਆਉਂਦੀ ਤੇ ਪਾਣੀ ਵਿੱਚ ਗਲ ਤੱਕ ਖਲੋ ਜਾਂਦੇ ਸਰਦੀਆਂ ਦੇ ਦਿਨਾਂ ਵਿੱਚ ਤੇ ਜਦੋਂ ਪਾਣੀ ਵਿੱਚ ਗਲ ਤੱਕ ਖਲੋਣਾ ਫਿਰ ਨਿੰਦਰਾ ਕਿੱਥੇ ਆਉਣੀ ਹੈ ਗਰਮੀਆਂ ਹੋਣੀਆਂ ਦਿਆਲੇ ਦਿਵਾਲੇ ਧੂੜੀਆਂ ਤਾ ਕੇ ਤਪਸ਼ ਦੇ ਵਿੱਚ ਬੈਠ ਜਾਣਾ ਉਦੋਂ ਵੀ ਨਿੰਦਰਾ ਨਹੀਂ ਵਿਆਪਦੀ ਉਹ ਇਹਨਾਂ ਤਰੀਕਿਆਂ ਦੁਆਰਾ ਆਪਣੇ ਇਸ ਯਮ ਦੀ ਸਾਧਨਾ ਕਰਦੇ ਆ ਪਰ ਗੁਰਮਤ ਵਿੱਚ ਇਸ ਯਮ ਦੀ ਸਾਧਨਾ ਸੰਗਤ ਵਿੱਚ ਆ ਕੇ ਸਾਧ ਸੰਗਤ ਵਿੱਚ ਆ ਕੇ ਸੁਤੇ ਵਰਤ ਜਾਂਦੀ ਹੈ ਸੁਤੇ ਹੋ ਜਾਂਦੀ ਹੈ ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਹੋਣ ਤਾਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਅਮਰਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਬੈਠੇ ਹੋ ਸਤਗੁਰਾਂ ਦੀ ਧੁਰ ਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ ਆਓ ਗੁਰ ਸ਼ਬਦ ਦੀ ਵਿਚਾਰ ਦਾ ਵੇਲਾ ਹੈ ਮਨ ਵਰਤਿਆਂ ਨੂੰ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ ਇਕਾਗਰਤਾ ਬਣਾਉਣ ਨਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਵਾਹੋ ਵਾਹ ਬਣੀਂਦਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਸਲੋਕ ਤੀਸਰੇ ਪਾਤਸ਼ਾਹ ਸਾ ਅਨੁਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਨੇ ਗੋਜਰੀ ਦੀ ਵਾਰ ਹੈ ਗੋਜਰੀ ਦੀ ਵਾਰ ਦਾ ਇਹ ਪਵਿੱਤਰ ਸ਼ਲੋਕ ਹੈ ਵਾਹੋ ਵਾਹੋ ਬਾਣੀ ਜਿਸ ਬਾਣੀ ਵਿੱਚ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਨੇ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਹੈ ਵਾਹਿਗੁਰੂ ਦੀ ਵਡਿਆਈ ਹੈ ਵਾਹੋ ਵਾਹੋ ਕਹਿ ਕੇ ਪਰਮੇਸ਼ਰ ਨੂੰ ਸਲਾਇਆ ਜਿਸ ਵਿੱਚ ਵਾਹੋ ਵਾਹੋ ਕਹਿ ਕੇ ਪਰਮੇਸ਼ਰ ਨੂੰ ਅਰਾਧਿਆ ਸਲਾਇਆ ਉਸ ਨੂੰ ਵਡਿਆਇਆ ਐਸੀ ਜੋ ਵਾਹੋ ਵਾਹੋ ਸਵਰੂਪ ਬਾਣੀ ਹੈ ਉਹ ਨਿਰੰਕਾਰ ਦਾ ਸਵਰੂਪ ਹੈ ਅਕਾਲ ਪੁਰਖ ਦਾ ਸਵਰੂਪ ਹੈ ਜਿਸ ਬਾਣੀ ਦੁਆਰਾ ਪਰਮੇਸ਼ਰ ਨੂੰ ਸਲਾਇਆ ਜਾਂਦਾ ਹੈ ਜਿਸ ਬਾਣੀ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਅਰਾਧਿਆ ਜਾਂਦਾ ਹੈ ਉਹ ਬਾਣੀ ਨਿਰੰਕਾਰ ਹੀ ਹੁੰਦੀ ਹੈ ਨਿਰੰਕਾਰ ਦਾ ਹੀ ਸਰੂਪ ਹੁੰਦਾ ਕਿਉਂਕਿ ਗੁਰ ਸ਼ਬਦ ਦੁਆਰਾ ਪਰਮੇਸ਼ਰ ਦੇ ਸਰੂਪ ਦਾ ਗਿਆਨ ਹੁੰਦਾ ਤੇ ਜਿਸ ਬਾਣੀ ਦੁਆਰਾ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋਵੇ ਫਿਰ ਉਹ ਸ਼ਬਦ ਵਾਹਿਗੁਰੂ ਦਾ ਹੀ ਸਰੂਪ ਹੋਇਆ ਪਰਮੇਸ਼ਰ ਵਿੱਚੋਂ ਵੱਖਰਾ ਭੇਦ ਤਾਂ ਨਹੀਂ ਇਸ ਕਰਕੇ ਤੀਸਰੀ ਪਾਤਸ਼ਾਹੀ ਨੇ ਪਾਵਨ ਬਚਨ ਕਹੇ ਨੇ ਕਿ ਬਾਣੀ ਨਿਰੰਕਾਰ ਹੈ ਔਰ ਸਤਗੁਰਾਂ ਦੀ ਇਸ ਪਵਿੱਤਰ ਪਾਵਨ ਬਾਣੀ ਦੇ ਸਮਾਨ ਹੋਰ ਕੁਝ ਵੀ ਨਹੀਂ ਤਿਸ ਜੇਵੜ ਅਵਰ ਨਾ ਕੋਏ ਜੇਵੜ ਦਾ ਮਤਲਬ ਜਿੰਨੀ ਵੱਡੀ ਸਤਗੁਰਾਂ ਦੀ ਇਹ ਬਾਣੀ ਹੈ ਸਤਗੁਰਾਂ ਦੀ ਬਾਣੀ ਵਰਗਾ ਵੱਡਾ ਹੋਰ ਕੁਝ ਵੀ ਨਹੀਂ ਚਾਹੇ ਦੁਨੀਆ 'ਚ بڑے ਖਜ਼ਾਨੇ ਨੇ ਬڑے-ਬڑے ਧਰਮ ਗ੍ਰੰਥ ਲਿਖੇ ਗਏ ਨੇ। بڑے-ਬڑے ਵਿਦਵਾਨਾਂ ਵੱਲੋਂ ਬੜੀਆਂ-ਬੜੀਆਂ ਧਰਮ ਪੁਸਤਕਾਂ ਲਿਖੀਆਂ ਗਈਆਂ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦੇ ਸਮਾਨ ਹੋਰ ਕੁਝ ਵੀ ਨਹੀਂ ਹੈ। ਹਾਂ, ਪੜ੍ਹਨੇ ਚਾਹੀਦੇ ਨੇ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਸ਼ਾਸਤਰ ਵੀ ਪੜ੍ਹ ਲੈਣੇ ਚਾਹੀਦੇ ਨੇ। ਜੋ ਵਿਦਵਾਨਾਂ ਨੇ ਲਿਖਿਆ ਹੈ ਉਹਨਾਂ ਦਾ ਅਨੁਭਵ ਜਾਣਨਾ ਚਾਹੀਦਾ, ਪੜ੍ਹਨਾ ਚਾਹੀਦਾ ਹੈ। ਪਰ ਸਤਗੁਰਾਂ ਦੀ ਬਾਣੀ ਦੇ ਮਨਿੰਦ ਗੁਰੂ ਕੀ ਬਾਣੀ ਦੇ ਤੁਲ ਹੋਰ ਕੁਝ ਵੀ ਨਹੀਂ ਇਹ ਭਾਵਨਾ ਸਿੱਖ ਦੇ ਹਿਰਦੇ ਚ ਰਹਿਣੀ ਚਾਹੀਦੀ ਹੈ ਕਿ ਗੁਰੂ ਕੀ ਬਾਣੀ ਦੇ ਮਨਿੰਦ ਕੁਝ ਵੀ ਨਹੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਸਭ ਤੋਂ ਸਿਰਮੋਰ ਹੈ ਸਰਵੋਤਮ ਤੇ ਸ੍ਰੇਸ਼ਟ ਹੈ ਤਦੇ ਤੀਸਰੇ ਪਾਤਸ਼ਾਹ ਨੇ ਬਚਨ ਕਹੇ ਨੇ ਇਹ ਜਿਹੜੀ ਧੁਰ ਕੀ ਬਾਣੀ ਅਕਾਲੀ ਬਾਣੀ ਹੈ ਇਹ ਬਾਣੀਆਂ ਸਰਬ ਬਾਣੀ ਹੈ ਦੁਨੀਆਂ ਦੇ ਜਿਤਨੀਆਂ ਬਾਣੀਆਂ ਹਨ ਉਹਨਾਂ ਸਾਰੀਆਂ ਬਾਣੀਆਂ ਚੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ ਗੁਣੀ ਭਣੀ ਬਾਣੀ ਤਾਂ ਕੀ ਗੁਰੂ ਗੁਰਬਾਨੀ ਹੈ ਬੜੇ ਬੜੇ ਗੁਣੀ ਪੁਰਸ਼ਾਂ ਵੱਲੋਂ ਜਿਹੜੀਆਂ ਬਾਣੀਆਂ ਉਚਾਰਨ ਕੀਤੀਆਂ ਗਈਆਂ ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਇਹ ਸਿੱਖ ਦੀ ਭਾਵਨਾ ਹੈ ਸਿੱਖ ਦੀ ਆਸਥਾ ਤੇ ਨਿਸ਼ਚਾ ਹੈ ਉਰੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਤ ਕਥਨੀ ਨਹੀਂ ਹੈ ਕਿ ਜੇ ਕੋਈ ਕਹੇ ਵੀ ਭਾਈ ਅਤ ਕਥਨੀ ਹੈ ਨਾ ਭਾਈ ਅਤ ਕਥਨੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਦੇ ਸਮਾਨ ਵਾਕ ਹੀ ਹੋਰ ਕੁਝ ਵੀ ਨਹੀਂ ਹੈ ਸ਼੍ਰੋਮਣੀ ਇਸ ਕਰਕੇ ਤੀਸਰੇ ਪਾਤਸ਼ਾਹ ਜੀ ਮਹਾਰਾਜ ਇੱਥੇ ਫੈਸਲਾ ਕਰਦਿਆਂ ਕਹਿੰਦੇ ਐ ਤਿਸ ਜੀਵੜ ਅਵਰ ਨਾ ਕੋਏ ਤਿਸ ਬਾਣੀ ਦੇ ਸਮਾਨ ਜੇਡਾ ਵੱਡਈਏ ਪਾਵਨ ਬਾਣੀ ਹੈ ਇਹਦੇ ਸਮਾਨ ਹੋਰ ਕੁਝ ਵੀ ਨਹੀਂ ਵਾਹ ਵਾਹ ਅਗੰ ਅਥਾ ਹੋ ਹੈ ਵਾਹ ਵਾਹ ਸੱਚਾ ਸੋਏ ਉਹ ਵਾਹਿਗੁਰੂ ਪਰਮੇਸ਼ਰ ਵਾਹ ਵਾਹ ਹੈ ਵਾਹ ਵਾਹ ਵਾਹਿਗੁਰੂ ਪਰਮੇਸ਼ਰ ਅਗੰਮ ਹੈ ਅਪਹੁੰਚ ਹੈ ਅਥਾ ਹੈ ਉਰ ਵਾਹ ਵਾਹ ਸਰੂਪ ਅਕਾਲ ਪੁਰਖ ਸਦਾ ਵੀ ਸੱਚ ਹੈ ਸਦਾ ਅਚਲ ਹੈ ਸਦਾ ਰਹਿਣ ਵਾਲਾ ਹੈ ਵਾਹ ਵਾਹ ਹੋ ਵੇ ਪਰਵਾਹੋ ਹੈ ਵਾਹ ਵਾਹ ਹੋ ਕਰ ਸੋ ਹੋਏ ਹੁਣ ਜਿਹੜਾ ਵਾਹ ਵਾਹ ਸ਼ਬਦ ਵਰਤਿਆ ਪਰਮੇਸ਼ਰ ਲਈ ਵਰਤਿਆ ਕਹਿੰਦੇ ਜੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਵੇ ਪਰਵਾਹੋ ਹੈ ਵੇ ਪ੍ਰਵਾਹ ਉਹਦਾ ਮਤਲਬ ਹੈ ਉਹਨੂੰ ਕਿਸੇ ਤੋਂ ਕੋਈ ਇੱਛਾ ਨਹੀਂ ਵੀ ਮੈਨੂੰ ਕੁਝ ਮਿਲੇ ਕਿਸੇ ਕੋਲੋਂ ਜਿਸ ਅੰਦਰ ਇੱਛਾ ਹੁੰਦੀ ਆ ਉਹਨੂੰ ਪ੍ਰਵਾਹ ਵੀ ਰੱਖਣੀ ਪੈਂਦੀ ਹੈ ਜਿਹਦੇ ਅੰਦਰ ਕੋਈ ਇੱਛਾ ਹੀ ਨਹੀਂ ਉਹਨੂੰ ਕਾਦੀ ਪ੍ਰਵਾਹ ਉਹ ਵੇ ਪ੍ਰਵਾਹ ਹੋ ਜਾਂਦਾ ਜਿਸ ਅੰਦਰ ਇੱਛਾ ਹੈ ਉਹਨੂੰ ਪ੍ਰਵਾਹ ਰੱਖਣੀ ਪੈਂਦੀ ਹੈ ਬੰਦਿਆਂ ਦੀ ਲੋਕਾਂ ਦੀ ਸੰਸਾਰ ਦੀ ਕਿ ਮੇਰੀ ਇੱਛਾ ਇਹਨਾਂ ਲੋਕਾਂ ਕਰਕੇ ਪੂਰੀ ਹੋਣੀ ਹੈ। ਫਲਾਣੇ ਬੰਦੇ ਕਰਕੇ ਮੇਰੀ ਇੱਛਾ ਪੂਰੀ ਹੋਣੀ ਹੈ ਸਾਨੂੰ ਉਹਦੀ ਪਰਵਾਹ ਹੋਵੇਗੀ ਕਿਤੇ ਰੋਸ ਨਾ ਜਾਏ। ਕਿਤੇ ਨਾਰਾਜ਼ ਨਾ ਹੋ ਜਾਏ। ਬਾਰ-ਬਾਰ ਸਾਡਾ ਧਿਆਨ ਉਸੇ ਵੱਲ ਕੇਂਦਰਿਤ ਰਹੇਗਾ। ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਸਾਡੇ ਤੋਂ ਕੀ ਇੱਛਾ ਹੋਣੀ ਹੈ ਭਲਾ? ਉਹ ਤਾਂ ਨਿਰਛਤ ਹੈ। ਨਿਰਛਤ ਹੋਣ ਕਰਕੇ ਹੀ ਉਹ ਵੇ ਪਰਵਾਹ ਹੈ। ਜਿਹੜੇ ਉਹਦੇ ਵਿੱਚ ਜੁੜ ਗਏ ਉਹ ਵੀ ਵੇਪਰਵਾਹ ਹੋ ਗਏ ਉਹਨਾਂ ਆਖਿਆ ਤੂੰ ਹੋਵੇਂਗਾ ਬਾਦਸ਼ਾ ਤੂੰ ਬਾਦਸ਼ਾ ਹੋਵੇਂਗਾ ਸ਼ਰਮਤ ਨੇ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ ਜੇ ਤੂੰ ਬਾਦਸ਼ਾ ਹੈ ਤੇ ਮੈਂ ਵੀ ਬਾਦਸ਼ਾ ਹਾਂ ਫਰਕ ਇਹਨਾਂ ਤੂੰ ਝੂਠੀ ਦੁਨੀਆ ਦਾ ਬਾਦਸ਼ਾ ਹੈ ਔਰ ਮੈਂ ਆਪਣੇ ਨਿਜ ਸਰੂਪ ਦਾ ਬਾਦਸ਼ਾ ਹਾਂ ਮੈਨੂੰ ਕੀ ਪਰਵਾਹ ਹੈ ਤੇਰੀ ਸੋ ਰੱਬ ਦੇ ਪਿਆਰੇ ਵੀ ਬੇਪਰਵਾਹ ਨੇ ਤੇ ਖੁਦ ਰੱਬ ਆਪ ਵੀ ਬੇਪਰਵਾਹ ਹੈ ਇਸ ਕਰਕੇ ਵਾਹੂ ਵਾਹੂ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਕਰਨਾ ਹੈ ਸੋ ਹੋਏ ਉਹੀ ਕੁਝ ਹੋਣਾ ਜੋ ਵਾਹਿਗੁਰੂ ਜੀ ਨੇ ਕਰਨਾ ਹੈ ਉਹ ਹੁੰਦਾ ਔਰ ਵਾਹਿਗੁਰੂ ਜੀ ਨੇ ਆਪਣੀ ਸਵੈ ਇੱਛਾ ਦੇ ਮੁਜਬ ਕਰਨਾ ਹੈ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਜੋ ਮੁਰਦਿਆਂ ਨੂੰ ਜੀਵਨਦਾਨ ਦੇਵੇ ਉਸ ਨੂੰ ਕਹਿੰਦੇ ਅੰਮ੍ਰਿਤ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਪਰ ਇਹ ਨਾਮ ਅੰਮ੍ਰਿਤ ਮਿਲਦਾ ਕਿਹਨਾਂ ਨੂੰ ਹੈ ਬਾਦਸ਼ਾਹ ਕਹਿੰਦੇ ਗੁਰੂ ਦੇ ਮੁਖ ਦਵਾਰਾ ਇਸ ਦੀ ਪ੍ਰਾਪਤੀ ਹੁੰਦੀ ਆ ਗੁਰੂ ਮੁਖ ਪਾਵੇ ਕੋਏ ਕੋਈ ਵਿਰਲਾ ਗੁਰੂ ਦੇ ਮੁਖ ਦਵਾਰਾ ਇਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦਾ ਹੈ ਵਾਹੋ ਵਾਹੋ ਕਰਮੀ ਪਾਏ ਆਪ ਦਇਆ ਕਰ ਦੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਕਰਮਾਂ ਕਰਕੇ ਪ੍ਰਾਪਤ ਹੁੰਦਾ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ ਜਾ ਇਸ ਤਰ੍ਹਾਂ ਕਹਿ ਲਿਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਭਾਗਾਂ ਨਾਲ ਮਿਲਦਾ ਹੈ ਜਾਂ ਉਸ ਨੂੰ ਮਿਲਦਾ ਜਿਸ ਨੂੰ ਵਾਹਿਗੁਰੂ ਜੀ ਆਪ ਦਇਆ ਕਰਕੇ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਨੇ ਆਪ ਦਇਆ ਕਰ ਦੇ ਜਿਨ੍ਹਾਂ ਤੇ ਆਪ ਦਇਆ ਕਰਕੇ ਤਰਸ ਕਰਕੇ ਸਤਿਗੁਰੂ ਜੀ ਇਸ ਅੰਮ੍ਰਿਤ ਨਾਮ ਦੀ ਦਾਤ ਜਿਨ੍ਹਾਂ ਨੂੰ ਬਖਸ਼ਦੇ ਨੇ ਉਹੀ ਇਸ ਅਮਰਤ ਨਾਮ ਨੂੰ ਪ੍ਰਾਪਤ ਕਰਦੇ ਹਨ ਨਾਨਕ ਵਾਹ ਵਾਹ ਗੁਰਮੁਖ ਪਾਈਐ ਆਨੰਦਨ ਨਾਮ ਲਐ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਐ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ ਹੈ ਉਸ ਦਾ ਨਾਮ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ ਹੈ ਔਰ ਜਿਨ੍ਹਾਂ ਗੁਰਮਖਾ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਈ ਹੈ ਉਹ ਫਿਰ ਰਾਤ ਦਿਨ ਅਠੇ ਪੈਰ ਪਰਮੇਸ਼ਰ ਦਾ ਨਾਮ ਲੈਂਦੇ ਨੇ ਅਨ ਦਿਨ ਨਾਮ ਲਏ ਉਹ ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੈਂਦੇ ਜਿਵੇਂ ਕੋਈ ਕੰਜੂਸ ਬੰਦਾ ਕਿਤੇ 1 ਮਿੰਟ ਵੀ 1 ਸਕਿੰਟ ਵੀ ਨਹੀਂ ਖੁਝਾਉਂਦਾ ਜਦੋਂ ਉਹਨੂੰ ਪੈਸੇ ਕਮਾਉਣ ਦੀ ਬਿਰਤੀ ਮਿਲਦੀ ਹੈ ਵੀ ਇੱਥੋਂ ਪੈਸਾ ਬਣਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਨ੍ਹਾਂ ਗੁਰਮਖਾਂ ਨੂੰ ਪ੍ਰਾਪਤ ਹੋਇਆ ਉਹ ਇੱਕ ਖਿੰਨ ਮਾਤਰ ਦਾ ਸਮਾਂ ਵੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਨਹੀਂ ਭੁਲਾਉਂਦੇ ਉਹ ਰਾਤ ਦਿਨ ਅਠੇ ਪੈਰ ਵਾਹਿਗੁਰੂ ਪਰਮੇਸ਼ਰ ਦਾ ਅਮਰਤ ਨਾਮ ਲੈਂਦੇ ਹਨ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸੰਤਨ ਆਵੈ ਦੂਜੇ ਨਾਹੀਂ ਜਾਏ ਸਤਿਗੁਰਾਂ ਦੀ ਸੇਵਾ ਤੋਂ ਬਿਨਾ ਹਿਰਦੇ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੁੰਦੀ ਕੋਈ ਦੂਜੀ ਥਾਂ ਨਹੀਂ ਲੱਭਦੀ ਗੁਰੂ ਖਾਲਸਾ ਜੀ ਜਿੱਥੇ ਜਾ ਕੇ ਹਿਰਦੇ ਨੂੰ ਟਿਕਾ ਤੇ ਸ਼ਾਂਤੀ ਪ੍ਰਾਪਤ ਹੋ ਸਕੇ ਕੇਵਲ ਤਾਂ ਕੇਵਲ ਇੱਕ ਸਤਿਗੁਰਾਂ ਦੀ ਸੇਵਾ ਹੈ ਸਤਿਗੁਰਾਂ ਦੀ ਸ਼ਰਣ ਵਿੱਚ ਆ ਕੇ ਸਾਡੇ ਹਿਰਦੇ ਨੂੰ ਟਿਕਾ ਤੇ ਸ਼ਾਂਤੀ ਪ੍ਰਾਪਤ ਹੋਣੀ ਹੈ ਸਤਗੁਰੂ ਜੀ ਤੋਂ ਬਿਨਾ ਦੂਜੀ ਹੋਰ ਕੋਈ ਥਾਂ ਨਹੀਂ ਪੂਰੇ ਵਿਸ਼ਵ ਭਰ ਵਿੱਚ ਜਿੱਥੇ ਜਾ ਕੇ ਸਾਡੇ ਮਨ ਨੂੰ ਟਿਕਾ ਤੇ ਸ਼ਾਂਤੀ ਪ੍ਰਾਪਤ ਹੋ ਸਕੇ ਜੇ ਬਹੁਤ ਤੇਰਾ ਲੋਚੀਐ ਵਿਨ ਕਰਮੈ ਨਾ ਪਾਇਆ ਜਾਏ ਜੇ ਬਹੁਤ ਸਾਰੇ ਸੰਸਾਰ ਦੇ ਜੀਵ ਲੋਚਦੇ ਨੇ ਕਿ ਸਾਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਵੇ ਮਹਾਰਾਜ ਜੀ ਕਹਿੰਦੇ ਭਾਈ ਇਹ ਗੱਲ ਸੁਣ ਲਓ ਕਰਮਾਂ ਤੋਂ ਬਿਨਾ ਨਹੀਂ ਮਿਲਦਾ ਅਮਰਤ ਨਾਮ ਇਹ ਨਾਮ ਦੀ ਦਾਤ ਵੀ ਭਾਗਾ ਨਾਲ ਮਿਲਦੀ ਹੈ ਪੰਜਾਂ ਪਿਆਰਿਆਂ ਦੀ ਸ਼ਰਣ 'ਚ ਜਾਣਾ ਭਾਗਾ ਨਾਲ ਨਸੀਬ ਹੁੰਦਾ ਹੈ ਹਰ ਇੱਕ ਨੂੰ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪੌਲ ਤੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਜਿਨ੍ਹਾਂ ਦੇ ਭਾਗ ਸਵੱਲੇ ਨੇ ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਪੰਜਾਂ ਪਿਆਰਿਆਂ ਦੀ ਸ਼ਰਣ ਵਿੱਚ ਜਾ ਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਹੁਣ ਕੋਈ ਆਖੇ ਜੀ ਸਾਡੇ ਤਾਂ ਭਾਗ ਮਾੜੇ ਨੇ ਅਸੀਂ ਕਿਵੇਂ ਅੰਮ੍ਰਿਤ ਛਕੀਏ ਭਾਈ ਜੇ ਭਾਗ ਮਾੜੇ ਨੇ ਗੁਰੂ ਅੱਗੇ ਅਰਦਾਸ ਕਰੋ ਮਹਾਰਾਜ ਸਾਡੇ ਭਾਗ ਚੰਗੇ ਹੋ ਜਾਣ ਸਾਡੇ ਭਾਗ ਮਹਾਰਾਜ ਜੀ ਤੁਸੀਂ ਚੰਗੇ ਬਣਾਉਣੇ ਐ ਜੇ ਮਾੜੇ ਲਿਖੇ ਨੇ ਸਾਡੇ ਮਾੜੇ ਕਰਮਾਂ ਕਰਕੇ ਤਾ ਤਰਸ ਕਰੋ ਸਹਬ ਸੱਚੇ ਪਾਤਸ਼ਾਹ ਸਾਡੇ ਨਾ ਮਾੜਿਆਂ ਭਾਗਾਂ ਨੂੰ ਚੰਗੇ ਬਣਾ ਦਿਓ ਕਿਉਂਕਿ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਮਾੜੇ ਭਾਗ ਬਦਲ ਕੇ ਚੰਗੇ ਹੋ ਜਾਂਦੇ ਹਨ ਇਸ ਕਰਕੇ ਬਹਾਨੇ ਨਹੀਂ ਲਾਣੇ ਚਾਹੀਦੇ ਬਹੁਤੇ ਇਹੀ ਬਹਾਨਾ ਲਾਉਂਦੇ ਐ ਕਹਿੰਦੇ ਜੀ ਸਾਡੇ ਭਾਗ ਕਿੱਥੇ ਜੀ ਅਸੀਂ ਅੰਮ੍ਰਿਤ ਛਕੀਏ ਇਹ ਤਾਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਨੇ ਤੇ ਜੇ ਹੋ ਜੇ ਬੰਦਿਆਂ ਨੂੰ ਹੁਣ ਸਾਰਾ ਸਮਾਜ ਕਹਿਣ ਲੱਗ ਪਵੇ ਚਾ ਲੋ ਮਨੂਸਾ ਮਾੜਿਆ ਭਾਗਾ ਵਾਲਿਆ ਮੈਨੂੰ ਆਪਣਾ ਮੂੰਹ ਨਾ ਵਿਖਾ ਫਿਰ ਜਦੋਂ ਕੋਈ ਦੂਜਾ ਕਹੇ ਵੀ ਤੂੰ ਤਾਂ ਮਾੜੇ ਭਾਗਾ ਵਾਲਾ ਮਨੂਸ ਹੈ ਉਦੋਂ ਫਿਰ ਸਿਰ ਪਾੜਨ ਨੂੰ ਆਉਂਦਾ ਵੀ ਕਿਉਂ ਭਾਈ ਜਦੋਂ ਤੂੰ ਆਪ ਕਿਹਾ ਆਪਣੇ ਮੂੰਹੋਂ ਵੀ ਮੈਂ ਮਾੜੇ ਭਾਗਾ ਵਾਲਾ ਹੁਣ ਕੋਈ ਦੂਜਾ ਕਹੇ ਫਿਰ ਕਿਉਂ ਨਹੀਂ ਬਰਦਾਸ਼ਤ ਕਰਦਾ ਸੋ ਕਹਿਣ ਤੋਂ ਭਾਵੇਂ ਬਹਾਨੇ ਹੀ ਹੁੰਦੇ ਆ ਜ਼ੁਬਾਨ ਤੋਂ ਦਾ ਆਪਣੇ ਆਪ ਨੂੰ ਜੀ ਮੇਰੇ ਭਾਗ ਕਿੱਥੇ ਜੀ ਮੇਰੇ ਭਾਗਾ ਚ ਕਿੱਥੇ ਜੀ ਮੈਂ ਗੁਰਦੁਆਰੇ ਜਾਵਾਂ ਮੇਰੇ ਭਾਗਾ ਚ ਕਿੱਥੇ ਜੀ ਮੈਂ ਅੰਮ੍ਰਿਤ ਛਕਾਂ ਪੰਜਾਂ ਕੋਲ ਪੇਸ਼ ਹੋਵਾਂ ਇਹ ਬਹਾਨੇ ਹਨ ਇਹ ਬਹਾਨੇ ਛੱਡ ਕੇ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਚ ਸਮਰਪਿਤ ਹੋਈਏ ਪੰਜਾਂ ਪਿਆਰਿਆਂ ਦੀ ਸ਼ਰਨ ਚ ਜਾ ਕੇ ਮਹਾਰਾਜ ਸਾਨੂੰ ਖੰਡੇ ਦੀ ਪੌਲ ਸਿਖਾਓ ਪੰਜਾਗੇ ਬੇਨਤੀ ਕਰਕੇ ਤਨਾ ਪਾਸੋਂ ਅਮਰਤ ਨਾਮ ਦੀ ਪ੍ਰਾਪਤੀ ਕਰਨੀ ਇਹ ਕਿਸੇ ਵਿਰਲੇ ਨੂੰ ਇਹੋ ਜੀ ਦਾਤ ਪ੍ਰਾਪਤ ਹੁੰਦੀ ਹੈ ਜਦੋਂ ਜਾਈਦਾ ਹੈ ਫਿਰ ਉਹ ਚੰਗੇ ਭਾਗ ਆਪਣੇ ਆਪ ਹੀ ਜਾਗ ਪੈਂਦੇ ਹਨ ਉਹ ਸਫਰਤ ਹੋ ਜਾਂਦੇ ਨੇ ਫਲੀ ਭੂਤ ਹੋ ਜਾਂਦੇ ਹਨ ਜਿਨ੍ਹਾਂ ਅੰਤਰ ਲੋਭ ਵਕਾਰ ਹੈ ਦੂਜੇ ਭਾਏ ਖਵਾਏ ਜਿਨ੍ਹਾਂ ਦੇ ਅੰਦਰ ਲਾਲਚ ਹੈ ਜਿਨ੍ਹਾਂ ਦੇ ਅੰਦਰ ਲੋਭ ਦਾ ਵਿਕਾਰ ਲੱਗਾ ਹੋਇਆ ਉਹ ਹਮੇਸ਼ਾ ਦੂਜੇ ਭਾਵ ਵਿੱਚ ਦੁਬਧਾਚ ਲੱਗੇ ਹੋਏ ਆਪਣਾ ਸਾਰਾ ਕੁਝ ਖਵਾ ਲੈਂਦੇ ਹਨ ਜਿਨ੍ਹਾਂ ਅੰਦਰ ਲੋਭ ਵਿਕਾਰ ਲੋਭ ਵਿਕਾਰ ਜਿਨ੍ਹਾਂ ਮਨ ਲੱਗਾ ਜਿਨ੍ਹਾਂ ਦੇ ਹਿਰਦੇ ਵਿੱਚ ਲਾਲਚ ਲੱਗਾ ਹੋਇਆ ਇਹ ਵਿਕਾਰ ਲੱਗਾ ਹੋਇਆ ਉਹਨਾਂ ਨੂੰ ਰੱਬ ਵਿਸਰ ਜਾਂਦਾ ਹਰ ਵਿਸਰਿਆ ਪੁਰਖ ਚੰਗੇਰਾ ਉਹ ਰੱਬ ਉਹਨਾਂ ਨੂੰ ਭੁੱਲ ਜਾਂਦਾ ਹੈ ਪਰ ਜੇ ਕੋਈ ਗੁਰੂ ਸ਼ਰਨ ਵਿੱਚ ਆ ਕੇ ਬੇਨਤੀ ਕਰੇ ਮਹਾਰਾਜ ਕਿਰਪਾ ਕਰੋ ਤਰਸ ਕਰੋ ਮਹਾਰਾਜ ਸਾਡੇ ਇਹਨਾਂ ਵਿਕਾਰਾਂ ਦੀ ਨਿਰਵਰਤੀ ਕਰੋ ਤਾਂ ਹੋ ਵੀ ਜਾਂਦੀ ਹੈ ਪਰ ਜਿਨ੍ਹਾਂ ਅੰਦਰ ਲਾਲਚ ਦਾ ਵਿਕਾਰ ਹੈ ਉਹ ਗੁਰੂ ਸ਼ਰਨ 'ਚ ਨਹੀਂ ਆਉਂਦੇ ਉਹ ਦੂਜੇ ਭਾਵ ਵਿੱਚ ਦੁਬਧਾ ਵਿੱਚ ਲੱਗੇ ਹੋਏ ਦਵੇਸ਼ ਵਿੱਚ ਲੱਗੇ ਹੋਏ ਆਪਣਾ ਆਪ ਖਵਾ ਲੈਂਦੇ ਨੇ ਗਵਾ ਲੈਂਦੇ ਹਨ ਜੰਮਣ ਮਰਨ ਨਾ ਚੁੱਕਏ ਹਉਮੈ ਵਿੱਚ ਦੁੱਖ ਪਾਏ ਉਹਨਾਂ ਦਾ ਨਾਂ ਜੰਮਣਾ ਮਿਟਦਾ ਤੇ ਨਾ ਮਰਨਾ ਉਹ ਰੋ ਹਉਮੈ ਦੇ ਵਿੱਚ ਹੀ ਹਮੇਸ਼ਾ ਦੁੱਖ ਪਾਉਂਦੇ ਐ ਹੰਕਾਰ ਦੇ ਵਿੱਚ ਹੀ ਜੰਮਦੇ ਮਰਦੇ ਰਹਿੰਦੇ ਨੇ ਹਉ ਮੈਂ ਵਿੱਚ ਹੀ ਦੁਖੀ ਹੁੰਦੇ ਰਹਿੰਦੇ ਹਾਂ ਜਿਨਾਂ ਸਤਗੁਰ ਸਿਆਂ ਚਿਤ ਲਾਇਆ ਸੁਖ ਹਾਲੇ ਕੋਈ ਨਾ ਹੈ ਜਿਨ੍ਹਾਂ ਨੇ ਸਤਗੁਰਾਂ ਨਾਲ ਆਪਣਾ ਚੇਤ ਲਾ ਲਿਆ ਭਾਈ ਉਹ ਫਿਰ ਕੋਈ ਖਾਲੀ ਨਹੀਂ ਜਾਂਦਾ ਗੁਰੂ ਕੀ ਸ਼ਰਨ ਚੋਂ ਜਿਨਾ ਗੁਰੂ ਸਾਹਿਬ ਨਾਲ ਚੇਤ ਲਾਇਆ ਉਹ ਫਿਰ ਸਤਗੁਰਾਂ ਤੋਂ ਖਾਲੀ ਨਹੀਂ ਜਾਂਦੇ ਉਹਨਾਂ ਨੂੰ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਮਹਾਰਾਜ ਜੀ ਦੀਆਂ ਨਿਯਾਮਤਾ ਹਾਸਲ ਹੁੰਦੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਸਤਿਗੁਰਾਂ ਨਾਲ ਆਪਣਾ ਚੇਤ ਲਾ ਲਿਆ ਇੱਕ ਵਾਰ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਨਾਮ ਲਿਆ ਭਾਈ ਇੱਕ ਵਾਰ ਵੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਰਕਤਾਂ ਤੋਂ ਖਾਲੀ ਨਹੀਂ ਜਾਂਦੇ ਉਹਨਾਂ ਨੂੰ ਵੀ ਗਰੀਬ ਨਿਵਾਜ ਪਾਤਸ਼ਾਹ ਬਿਆੰਤ ਬਰਕਤਾਂ ਦੇ ਕੇ ਨਿਵਾਜਦੇ ਹਨ ਤਿੰਨ ਜਮ ਕੇ ਤਲਬ ਨ ਹੋਵੇ ਨਾ ਹੋਏ ਦੁੱਖ ਸਹਾਰੇ ਜਿਹੜੇ ਸਤਗੁਰਾਂ ਦੀ ਸ਼ਰਨ ਚ ਆ ਕੇ ਗੁਰੂ ਨਾਲ ਚਿੱਤ ਲਾਉਂਦੇ ਐ ਉਹਨਾਂ ਨੂੰ ਜਮਾਂ ਦੀ ਆਵਾਜ਼ ਨਹੀਂ ਪੈਂਦੀ ਤਲਬ ਦਾ ਮਤਲਬ ਹੁੰਦਾ ਆਵਾਜ਼ ਪੈਣੀ ਜਿਵੇਂ ਕਚਹਿਰੀਆਂ ਚ ਆਵਾਜ਼ ਪੈਂਦੀ ਆ ਨਾ ਕਿਸੇ ਦਾ ਕੇਸ ਹੋਵੇ ਉਹਨੂੰ ਕਹਿੰਦੇ ਆ ਤਲਬ ਤਲਬ ਕਰਨਾ ਆਵਾਜ਼ ਪੈਣੀ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਭਜਨ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਜਮ੍ਹਾਂ ਦੀ ਆਵਾਜ਼ ਨਹੀਂ ਪੈਂਦੀ ਜਮ੍ਹਾਂ ਦੀ ਤਲਬ ਨਹੀਂ ਹੁੰਦੀ ਉਹਨਾਂ ਨੂੰ ਨਾ ਹੀ ਉਹਨਾਂ ਨੂੰ ਲੇਖੇ ਜੋਖੇ ਦਾ ਦੁੱਖ ਸਹਿਣਾ ਪੈਂਦਾ ਹੈ ਨਾ ਉਹਨਾਂ ਨੂੰ ਜਮ੍ਹਾਂ ਦੀ ਭਿਆਨਕ ਮਾਰ ਦਾ ਦੁੱਖ ਸਹਿਣਾ ਪੈਂਦਾ ਹੈ ਨਾਨਕ ਗੁਰਮੁਖ ਉੱਭਰੇ ਸਚੇ ਸ਼ਬਦ ਸਮਾਹੇ ਕਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਐ ਜਿਹੜੇ ਸਤ ਗੁਰਾਂ ਦੇ ਸ਼ਬਦ ਵਿੱਚ ਸਮਾਏ ਹੋਏ ਨੇ ਉਹੀ ਗੁਰਮੁਖੇ ਸੰਸਾਰ ਤੋਂ ਉੱਬਰਦੇ ਨੇ ਜਨਮ ਮਰਨ ਤੋਂ ਮੁਕਤ ਹੁੰਦੇ ਹਨ ਔੜੇ ਢਾਡੇ ਤਿਸਨੋਂ ਆਖੇ ਐ ਜੇ ਖਸਮੈ ਧਰੇ ਪਿਆਰ ਉਹੜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਨੇ ਕਿਉਂਕਿ ਵਾਰ ਵੀ ਸਤਗੁਰੂ ਗੁਰੂ ਅਮਰਦਾਸ ਸਾਹਿਬ ਦੀ ਹੈ ਮਹਾਰਾਜ ਜੀ ਕਹਿੰਦੇ ਢਾਡੀ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਆਪਣੇ ਉਸ ਖਸਮ ਨਾਲ ਮਾਲਕ ਨਾਲ ਪਿਆਰ ਕਰਦਾ ਉਹ ਢਾਡੀ ਹੈ ਸਹਿਬ ਨੇ ਆਪਣੇ ਆਪ ਨੂੰ ਸਹਿਬ ਦਾ ਆਕਾਲ ਪੁਰਖ ਦਾ ਢਾਡੀ ਲਿਖਿਆ ਹੈ ਏਹੇ ਵਾਹਿਗੁਰੂ ਮੈਂ ਤੇਰਾ ਢਾਡੀਆਂ ਤੇਰਾ ਜਸ ਗਾਉਣਾ ਤੇਰੀ ਸੋਭਾ ਕਰਨ ਵਾਲਾ ਤੇਰਾ ਢਾਡੀਆਂ ਗੁਰੂ ਘਰ ਦੇ ਵਿੱਚ ਪਾਵੇਂ ਕਿ ਪਰੰਪਰਾ ਢਾਡੀਆਂ ਦੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਚੱਲੀ ਐ ਬਾਬਾ ਬਿਦੀ ਚੰਦ ਸਾਹਿਬ ਬਿਦੀ ਚੰਦ ਛੀਨਾ ਗੁਰੂ ਕਾ ਸੀਨਾ ਬਾਬਾ ਬਿਦੀ ਚੰਦ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਸੁਰ ਸਿੰਘ ਨਗਰ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਨਗਰ ਸੀ ਇੱਥੋਂ ਦੇ ਰਹਿਣ ਵਾਲੇ ਸਨ ਦੋ ਢਾਡੀ ਇੱਕ ਦਾ ਨਾਂ ਸੀ ਭਾਈ ਨੱਥਾ ਤੇ ਦੂਜੇ ਦਾ ਨਾਂ ਸੀ ਭਾਈ ਅਬਦੁੱਲਾ ਇਹਨਾਂ ਦੋ ਢਾਡੀਆਂ ਨੂੰ ਬਾਬਾ ਵਿਧੀ ਚੰਦ ਸਾਹਿਬ ਜੀ ਆਪਣੇ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਆਏ ਔਰ ਗੁਰੂ ਘਰ ਦੇ ਵਿੱਚ ਇਹਨਾਂ ਢਾਡੀਆਂ ਨੇ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਬਾਰ 'ਚ ਗੁਰੂ ਸਾਹਿਬ ਦੀ ਸੋਭਾ ਵਿੱਚ ਵਾਰਾਂ ਗਾਈਆਂ। ਉੱਥੋਂ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਵਿੱਚ ਢਾਡੀ ਪਰੰਪਰਾ ਦੀ ਮਰਿਆਦਾ ਚੱਲੀ। ਪਰ ਗੁਰਦੇਵ ਨੇ ਆਪਣੇ ਆਪ ਨੂੰ ਵੀ ਢਾਡੀ ਕਿਹਾ। ਚੌਥੇ ਪਾਤਸ਼ਾਹ ਤੀਸਰੇ ਪਾਤਸ਼ਾਹ ਨੇ। ਢਾਡੀ ਦੀ ਪਰਿਭਾਸ਼ਾ ਦੱਸਦੇ ਨੇ। ਢਾਡੀ ਕੌਣ ਹੈ ਭਾਈ? ਟਾਡੀ ਤਿਸ ਨੂੰ ਕਿਹਾ ਜਾਂਦਾ ਜਿਹੜਾ ਉਸ ਖਸਮ ਨਾਲ ਮਾਲਕ ਨਾਲ ਸੁਆਮੀ ਨਾਲ ਪਿਆਰ ਕਰਦਾ ਉਹ ਟਾਡੀ ਹੈ। ਟਾਡੀ ਦਾ ਮਤਲਬ ਹੁੰਦਾ ਜਿਹੜਾ chant ਗਾਵੇ। ਟਾਡੀ ਦਾ ਮਤਲਬ ਹੁੰਦਾ ਜਿਹੜਾ ਸੋਇਲੇ ਗਾਵੇ ਵਾਹਿਗੁਰੂ ਦੇ ਪਰਮੇਸ਼ਰ ਦੇ ਉਹ ਟਾਡੀ ਹੈ। ਕਹਿੰਦੇ ਟਾਡੀ ਤਿਸ ਨੂੰ ਆਖੀਦਾ ਹੈ ਜਿਹੜਾ ਉਸ ਖਸਮ ਨਾਲ ਉਹ ਸੰਦਰੰਕਾਰ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਕਰਦਾ ਹੈ ਉਹ ਢਾਡੀ ਹੈ। ਨੰਕਾਰ ਖੜਾ ਸੇਵਾ ਕਰੇ ਗੁਰ ਸ਼ਬਦ ਦੇ ਵਿਚਾਰ। ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਸਤਿਗੁਰਾਂ ਦੇ ਦਰਵਾਜ਼ੇ ਤੇ ਖਲੋਤਾ ਆਪਣੇ ਸਹਬ ਦੀ ਸੇਵਾ ਕਰੇ ਉਹ ਢਾਡੀ ਹੈ। ਜਿਹੜਾ ਗੁਰ ਸ਼ਬਦ ਦੀ ਵਿਚਾਰ ਕਰਕੇ ਆਪਣੇ ਮਾਲਕ ਦੇ ਆਪਣੇ ਸਵਾਮੀ ਦੇ ਦਰ ਤੇ ਖਲੋ ਕੇ ਆਪਣੇ ਸਹਬ ਦੀ ਸੇਵਾ ਕਰੇ ਉਹ ਵੀ ਢਾਡੀ ਹੈ ਢਾਡੇ ਦਰ ਘਰ ਪਾਏ ਸੱਚ ਰੱਖੇ ਉਰ ਧਾਰ ਜਿਹੜਾ ਢਾਡੀ ਆ ਉਹ ਆਪਣੇ ਹਿਰਦੇ ਚ ਸੱਚ ਨੂੰ ਵਸਾ ਕੇ ਰੱਖਦਾ ਸੱਚ ਨੂੰ ਢਾਡੀ ਦੇ ਹਿਰਦੇ ਵਿੱਚ ਸੱਚ ਵਸਦਾ ਗੁਰੂ ਪਿਆਰਿਓ ਜਿਹੜਾ ਅਸਲ ਵਿੱਚ ਢਾਡੀ ਹੈ ਇੱਥੇ ਤੁਸੀਂ ਵੀ ਸਾਰੇ ਢਾਡੀ ਹੋ ਕੇ ਬੈਠੇ ਹੋ ਗੁਰੂ ਸਾਹਿਬ ਦੀਆਂ ਸਿਫਤਾਂ ਕਰ ਰਹੇ ਹੋ ਨਾ ਤੁਸੀਂ ਸਾਰੇ ਢਾਡੀ ਹੋ ਪਾਈ ਢਾਡੀ ਉਹ ਹੈ ਜਿਹੜਾ ਆਪਣੇ ਹਿਰਦੇ ਵਿੱਚ ਸੱਚ ਨੂੰ ਵਸਾਉਂਦਾ ਹੈ ਸੱਚ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਉਹ ਢਾਡੀ ਹੈ ਉਹ ਇਹੋ ਜਾਂ ਜਿਹੜਾ ਢਾਡੀ ਹੈ ਉਹ ਆਪਣੇ ਨਿੱਜ ਸਰੂਪ ਦੇ ਮੈਲ ਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰ ਲੈਂਦਾ ਇਸ ਕਰਕੇ ਕਿਹਾ ਢਾਡੀ ਦਰ ਘਰ ਪਾਏ ਸੀ ਉਹਨੂੰ ਆਪਣੇ ਘਰ ਦੇ ਦਰਵਾਜੇ ਦਾ ਪਤਾ ਲੱਗ ਜਾਂਦਾ ਵੀ ਮੇਰੇ ਨਿਜ ਸਰੂਪ ਦਾ ਦਰਵਾਜਾ ਕਿਹੜਾ ਹੈ ਜਿਹਦੇ ਰਾਹੀਂ ਪ੍ਰਵੇਸ਼ ਕਰਕੇ ਮੈਂ ਆਪਣਾ ਸਰੂਪ ਜਾਣਨਾ ਸਾਨੂੰ ਤਾਂ ਸਾਡੇ ਘਰ ਦੇ ਦਰਵਾਜੇ ਦਾ ਹੀ ਨਾ ਪਤਾ ਜੇ ਘਰ ਦੇ ਦਰਵਾਜੇ ਦਾ ਹੀ ਨਾ ਪਤਾ ਹੋਵੇ ਐਂਟਰੀ ਕਿੱਥੋਂ ਹੋਣੀ ਹੈ ਤੇ ਜਦੋਂ ਆਪਣੇ ਨਿਜ ਸਰੂਪ ਦਾ ਗਿਆਨ ਦਾ ਦਰਵਾਜ਼ਾ ਪ੍ਰਾਪਤ ਹੋਵੇ ਤਦ ਉਹਦੇ ਵਿੱਚ ਭੇਦਤਾ ਹੁੰਦੀ ਹੈ ਕਹਿੰਦੇ ਭਾਈ ਜਿਨ੍ਹਾਂ ਢਾਡੀਆਂ ਨੇ ਆਪਣੇ ਹਿਰਦੇ 'ਚ ਸੱਚ ਵਸਾਇਆ ਉਹਨਾਂ ਨੂੰ ਆਪਣੇ ਨਿਜ ਘਰ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ ਦਰਵਾਜ਼ੇ ਦੀ ਗਿਆਨ ਦੀ ਪ੍ਰਾਪਤੀ ਹੋਈ ਹੈ ਢਾਡੇ ਕਾ ਮਹਲ ਅਗਲਾ ਘਰ ਕੈ ਨਾਏ ਪਿਆਰ ਜਿਹੜਾ ਢਾਡੀ ਦਾ ਮਹਿਲ ਹੈ ਉਹ ਬੜਾ ਸੁੰਦਰ ਹੈ ਉਹ ਬੜਾ ਵੱਡਾ ਹੈ। ਉਹ ਢਾਡੀ ਦੇ ਹਿਰਦੇ ਵਿੱਚ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਪਿਆਰ ਹੈ। ਉਹਦੇ ਹਿਰਦੇ ਵਿੱਚ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਵਸਦੀ ਹੈ। ਢਾਡੀ ਕੀ ਸੇਵਾ ਚੱਕਰੇ ਹਰ ਜਪ ਹਰਨ ਸਤਾਰ ਜਿਹੜਾ ਢਾਡੀ ਹੈ ਉਹ ਭਾਈ ਹਰੀ ਪਰਮੇਸ਼ਰ ਦੇ ਨਾਮ ਜਪਣ ਦੀ ਸੇਵਾ ਬੜੇ ਚਾਅ ਨਾਲ ਕਰਦਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੀ ਸੇਵਾ ਬੜੇ ਚਾਅ ਨਾਲ ਕਰਦਾ ਢਾਡੀ ਉਸੇ ਨਾਮ ਨੂੰ ਜਪ ਕੇ ਢਾਡੀ ਆਪਣਾ ਇਸ ਮਾਤ ਲੋਕ ਦੀ ਧਰਤੀ ਤੋਂ ਪਾਰ ਉਤਾਰਾ ਕਰਦਾ ਹੈ ਹਰ ਜਪ ਨਿਸਤਾਰ ਹਰੀ ਦੇ ਜਾਪ ਨੂੰ ਜਪ ਕੇ ਉਹ ਆਪਣੇ ਆਪ ਨੂੰ ਇਸ ਸੰਸਾਰ ਤੋਂ ਭਵ ਸਾਗਰ ਤੋਂ ਤਾਰਦਾ ਹੈ ਇਹ ਢਾਡੀ ਦੀ ਪ੍ਰਵਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੀ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ ਰਾਗ ਟੋਡੀ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਬਦ ਚੱਲ ਰਹੇ ਨੇ 715 ਅੰਗ ਤੇ ਕਥਾ ਪਹੁੰਚੀ ਹੈ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾਂ ਕਰ ਤਿਜਾਉ ਪਦ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਟੋਡੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਪਵਿੱਤਰ ਸ਼ਬਦ ਹੈ ਤੀਸਰੇ ਘਰ ਵਿੱਚ ਗਾਉਣਾ ਔਰ ਇਸ ਪਾਵਨ ਪਵਿੱਤਰ ਸ਼ਬਦ ਦੇ ਚਾਰ ਪਦੇ ਹਨ ਮੰਗਲਾ ਚਰਨ ਕਰਦੇ ਨੇ ਅਕਾਲ ਪੁਰਖ ਇੱਕ ਅਦੁੱਤੀ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕੁਰ ਸਰਬ ਦਾ ਪ੍ਰਕਾਸ਼ਕ ਹੈ ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਨਰੰਕਾਰ ਪਰਮੇਸ਼ਰ ਦੇ ਸਰੂਪ ਦਾ ਸਾਖਸ਼ਾਤਕਾਰ ਹੁੰਦਾ ਹੈ ਇਹ ਮੰਗਲਾ ਚਰਨ ਕਰਕੇ ਮਹਾਰਾਜ ਦੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੇ ਮੈਂ ਜਾਣ ਲਿਆ ਹੈ ਠੀਕ ਹੈ ਹਾਂ ਦਾ ਮਤਲਬ ਹਾਂ ਆਪਾਂ ਕਹਿ ਦਿੰਨੇ ਆ ਨਾ ਵੀ ਠੀਕ ਕਿਸੇ ਨੂੰ ਜਵਾਬ ਦੇਣਾ ਹੋਵੇ ਆਪਾਂ ਸਿਰ ਹਿਲਾ ਕੇ ਹਾਂ ਯਾਨੀ ਕਿ ਠੀਕ ਹੈ ਕਹਿੰਦੇ ਠੀਕ ਹੈ ਠੀਕ ਹੈ ਅਸੀਂ ਜਾਣ ਲਿਆ ਹੈ ਮੂਰਖਾ ਕਿ ਤੂੰ ਲਪਟਿਆ ਹੋਇਆ ਮਾਇਆ ਦੇ ਧੰਦਿਆਂ ਵਿੱਚ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਥੋੜਾ ਨਹੀਂ ਲਪਟਿਆ ਹੋਇਆ ਕਛੂ ਨਾ ਥੋਰੀ ਥੋੜਾ ਜਾਂ ਨਹੀਂ ਲਪਟਿਆ ਹੋਇਆ ਯਾਨੀ ਕਿ ਬਹੁਤ ਜ਼ਿਆਦਾ ਲਪਟਿਆ ਹੋਇਆ ਮਾਇਆ ਦੇ ਨਾ ਧੰਦਿਆਂ ਵਿੱਚ ਵਿਕਾਰਾਂ ਦੇ ਵਿੱਚ ਤੂੰ ਗਰਸਿਆ ਹੋਇਆ ਪੂਰਾ ਵਿੱਚੇ ਹੀ ਖਚਤ ਹੋ ਰਿਹਾ ਹੈ ਕਹਿੰਦੇ ਹਾਂ ਮੂਰਖਾ ਏ ਮੇਰਿਆ ਮੂਰਖਾ ਮਨਾ ਇਹ ਅਸੀਂ ਚੰਗੀ ਤਰ੍ਹਾਂ ਜਾਣਿਆ ਹੈ ਤੇਰੋਂ ਨਹੀਂ ਸੁਜਾਨੀ ਮੋਰੇ ਆਹ ਹਾਂ ਦਾ ਅਰਥ ਮਹਾਂਪੁਰਸ਼ਾਂ ਨੇ ਦੁੱਖ ਵੀ ਕੀਤਾ ਕਹਿੰਦੇ ਹਾਏ ਹਾਏ ਬੰਦਾ ਉਦੋਂ ਕਹਿੰਦਾ ਜਦੋਂ ਦੁਖੀ ਹੁੰਦਾ ਕਹਿੰਦੇ ਹਾਂ ਇਹ ਦੁੱਖ ਸਭ ਰੂਪ ਹੈ ਸਭ ਕੁਝ ਇਹਦੇ ਚ ਦੁੱਖ ਹੈ ਇਹਦੇ ਵਿੱਚ ਤੂੰ ਲਪਟਿਆ ਹੋਇਆ ਮੂਰਖਾ ਉਹ ਵੀ ਥੋੜਾ ਨਹੀਂ ਬਹੁਤ ਜ਼ਿਆਦਾ ਲਪਟਿਆ ਹੋਇਆ ਜਿਹੜਾ ਤੇਰਾ ਹੈ ਹੀ ਨਹੀਂ ਉਹਨੂੰ ਤੂੰ ਆਪਣਾ ਸਮਝੀ ਬੈਠਾ ਹੈ ਤੇਰੋ ਨਹੀਂ ਸੁਜਾਨੀ ਮੋਰੀ ਜਿਹੜਾ ਤੇਰਾ ਹੈ ਹੀ ਨਹੀਂ ਉਹਨੂੰ ਤੂੰ ਮੇਰਾ ਕਰਕੇ ਜਾਣਦਾ ਵੀ ਇਹ ਮੇਰਾ ਹੈ ਅਸਲੀਅਤ ਇਹ ਹੈ ਕਿ ਜਿਸਨੂੰ ਤੂੰ ਮੇਰਾ ਕਰਕੇ ਜਾਣੀ ਬੈਠਾ ਉਹ ਤੇਰਾ ਨਹੀਂ ਹੈ ਆਹੋ ਆਪਨ ਰਾਮ ਨਚੀਨੋ ਖੇਨਵਾ ਜਿਹੜਾ ਤੇਰਾ ਆਪਣਾ ਸੀ ਉਹ ਤਾਂ ਸੀ ਰਾਮ ਵਾਹਿਗੁਰੂ ਪਰਮੇਸ਼ਰ ਉਹ ਤੇਰਾ ਆਪਣਾ ਸੀ ਉਹਨੂੰ ਤਾਂ ਤੂੰ ਇੱਕ ਖਿੰਨਾ ਮਾਤਰ ਵੀ ਨਹੀਂ ਜਾਣਿਆ ਆਪਨ ਰਾਮ ਨਾ ਚੀਨੋ ਖਿੰਨੂਆ ਇੱਕ ਖਿੰਨਾ ਮਾਤਰ ਦਾ ਸਮਾ ਵੀ ਤੂੰ ਆਪਣੇ ਉਸ ਰਾਮ ਦੇ ਸਰੂਪ ਨੂੰ ਨਹੀਂ ਜਾਣਿਆ ਜੋ ਤੇਰਾ ਹੈ ਜੋ ਤੇਰਾ ਆਪਣਾ ਉਹਨੂੰ ਇੱਕ ਖਿੰਨਾ ਮਾਤਰ ਵੀ ਨਹੀਂ ਜਾਣਿਆ ਹਾਂਜੀ ਜੋ ਪਰਾਏ ਸੋ ਆਪਣੇ ਮਨੂਆ ਜੋ ਸਭ ਕੁਝ ਪਰਾਇਆ ਹੈ ਤੇਰਾ ਹੈ ਹੀ ਨਹੀਂ ਉਹਨੂੰ ਤੂੰ ਆਪਣਾ ਕਰਕੇ ਜਾਣੀ ਬੈਠਾ ਇਹ ਜਿਹੜੀ ਮਾਇਆ ਹੈ ਇੱਥੇ ਇਸਤਰੀ ਲਿੰਗ ਸ਼ਬਦ ਵਰਤਿਆ ਪਰਾਈ ਦਾ ਮਤਲਬ ਮਾਇਆ ਮਾਇਆ ਇਸਤਰੀ ਲਿੰਗ ਵਿੱਚ ਵਰਤੀ ਜਾਏਗੀ ਇਸ ਕਰਕੇ ਕਹਿੰਦੇ ਜਿਹੜੀ ਮਾਇਆ ਪਰਾਈ ਹੈ ਤੇਰੇ ਤਨ ਛੱਡ ਦਿਆਂ ਇਹਦਾ ਮਾਲਕ ਕਿਸੇ ਦੂਜੇ ਨੇ ਹੋ ਜਾਣਾ ਉਹਨੂੰ ਤੂੰ ਆਪਣਾ ਕਰਕੇ ਸਮਝੀ ਬੈਠਾ ਜਿਹੜਾ ਆਪਣਾ ਉਹਨੂੰ ਤੂੰ ਜਾਣਿਆ ਹੀ ਨਹੀਂ ਇੱਕ ਖਿੰਨਾ ਮਾਤਰ ਵੀ ਨਹੀਂ ਜਾਣਿਆ ਔਰ ਜੋ ਤੇਰੇ ਲਈ ਬਗਾਨਾ ਹੈ ਪਰਾਇਆ ਹੈ ਉਸਨੂੰ ਤੂੰ ਆਪਣਾ ਕਰਕੇ ਜਾਣੀ ਬੈਠਾ ਨਾਮ ਸੰਗੇ ਸੋ ਮਨ ਨ ਬਸਾਇਓ ਆਹ ਪਾਤਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਤੇਰੇ ਸੰਗੀ ਹੈ ਤੇਰੇ ਨਾਲ ਲੱਭਣ ਵਾਲਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਤੂੰ ਆਪਣੇ ਮਨ ਵਿੱਚ ਨਹੀਂ ਵਸਾਇਆ ਉਹ ਨੂੰ ਨਹੀਂ ਆਪਣੇ ਹਿਰਦੇ ਵਿੱਚ ਵਸਾਇਆ ਜਿਹੜਾ ਤੇਰੇ ਸੰਗੀ ਹੈ ਜਿਹੜਾ ਤੇਰੇ ਨਾਲ ਲਿਬੜਨੇ ਵਾਲਾ ਹੈ ਛੋੜ ਜਾ ਹੈ ਵਾਹੂ ਚਿਤ ਲਾਇਓ ਜਿਹੜਾ ਛੱਡ ਹੀ ਜਾਣਾ ਹੈ ਉਹਦੇ ਨਾਲ ਤੂੰ ਆਪਣਾ ਚੇਤ ਲਾਇਆ ਹੋਇਆ ਜੋ ਛੱਡ ਦੇਣਾ ਹੈ ਜੋ ਤਿਆਗ ਦੇਣਾ ਹੈ ਉਸ ਨਾਲ ਤੂੰ ਆਪਣਾ ਚਿੱਤ ਜੋੜਿਆ ਹੋਇਆ ਹੈ ਉਸ ਨਾਲ ਤੂੰ ਆਪਣੀ ਸੁਰਤ ਜੋੜੀ ਹੋਈ ਹੈ ਸੋ ਸੰਚਿਓ ਜਿਤ ਭੋਖ ਤਿਸਾਇਓ ਮਹਾਰਾਜ ਜੀ ਫਰਮਾਉਂਦੇ ਐ ਤੂੰ ਉਹ ਕੁਝ ਇਕੱਠਾ ਕਰ ਰਿਹਾ ਜਿਹਦੇ ਵਿੱਚੋਂ ਤੇਰੀ ਭੁੱਖ ਪਿਆਸ ਮਟਣੀ ਖੋਈ ਨਹੀਂ ਤੂੰ ਉਹੀ ਕੁਝ ਇਕੱਤਰ ਕਰ ਰਿਹਾ ਜਿਹਦੇ ਨਾਲ ਨਾ ਤਾਂ ਤੇਰੀ ਭੁੱਖ ਦੂਰ ਹੋਣੀ ਐ ਤੇ ਨਾ ਤੇਰੀ ਪਿਆਸ ਦੂਰ ਹੋਣੀ ਕਦੇ ਸੰਸਾਰ ਦੇ ਪਦਾਰਥ ਜਿੰਨੇ ਸਾਡੇ ਕੋਲ ਆ ਜਾਣ ਮਨ ਰੱਜਦਾ ਹੈ ਕਿਤੇ ਐਸਾ ਤਾਂ ਨਹੀਂ ਹੁੰਦਾ ਵੀ ਬਸ ਹੁਣ ਰੱਜ ਗਿਆ ਮਨ ਹੋਰ ਨਹੀਂ ਕੁਝ ਚਾਹੀਦਾ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਇਹ ਭੁੱਖ ਉੱਤਰਦੀ ਨਹੀਂ ਹੈ ਪਾਤਸ਼ਾਹ ਕਹਿੰਦੇ ਤੂੰ ਤਾਂ ਇਕੱਠਾ ਹੀ ਉਹ ਕਰ ਰਿਆਂ ਮੂਰਖਾ ਜਿਹਦੇ ਨਾਲ ਨਾ ਤੇਰੀ ਭੁੱਖ ਦੂਰ ਹੋਣੀ ਹੈ ਨਾ ਤੇਰੀ ਪਿਆਸ ਨਿਰਵਿਰਤ ਹੋਣੀ ਐ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਇੱਕ ਹੁੰਦਾ ਤੋਸਾ ਤੋਸਾ ਉਹਨੂੰ ਕਹਿੰਦੇ ਆ ਵੀ ਉਹ ਭੋਜਨ ਜਿਹੜਾ ਅਸੀਂ ਸਫ਼ਰ ਵਿੱਚ ਨਾਲ ਲੈ ਕੇ ਜਾਈਏ ਜਿਹੜਾ ਛੇਤੀ ਖਰਾਬ ਨਹੀਂ ਹੁੰਦਾ ਸਫ਼ਰ ਵਿੱਚ ਜਾਣ ਵੇਲੇ ਜਿਵੇਂ ਕਈ ਮਾਈਆਂ ਦੁੱਧ ਵਿੱਚ ਆਟਾ ਗੁੰਨ ਲੈਂਦੀਆਂ ਉਹਦੇ ਪ੍ਰਸ਼ਾਦੇ ਨਰਮ ਰਹਿੰਦੇ ਨਾਲੇ ਖਰਾਬ ਨਹੀਂ ਹੁੰਦੇ ਛੇਤੀ ਇਹੋ ਜੀ ਕੋਈ ਸਬਜ਼ੀ ਭਾਜੀ ਤਲ ਕੇ ਬਣਾ ਲੈਣੀ ਜਿਹੜੀ ਖਰਾਬ ਨਾ ਹੋਵੇ ਰਸਤੇ 'ਚ ਜਾਂ ਕੋਈ ਸੁੱਕਾ ਸਿੱਧਾ ਹੋਣਾ ਅਨਾਜ ਹੋਣਾ ਭੁੰਨਿਆ ਹੋਇਆ ਉਹਨੂੰ ਰਾਹ ਦਾ ਖਰਚਾ ਕਹਿ ਦਿੰਦੇ ਆ ਵੀ ਤੋਸਾ ਕਹਿ ਦਿੰਦੇ ਆ ਜਿਹੜਾ ਸਫ਼ਰ 'ਚ ਖਾਦ ਆ ਜਾਏ ਮਹਾਰਾਜ ਜੀ ਕਹਿੰਦੇ ਇਸ ਲੋਕ ਤੋਂ ਪਰਲੋਕ ਤੱਕ ਜਾਣ ਵਾਸਤੇ ਤੇਰੇ ਲਈ ਬੜਾ ਲੰਮਾ ਸਫਰ ਹੈ ਉਸ ਸਫਰ ਵਾਸਤੇ ਤੂੰ ਪਰਮੇਸ਼ਰ ਦੇ ਨਾਮ ਦਾ ਤੋਸਾ ਨਹੀਂ ਆਪਣੇ ਨਾਲ ਬੰਨਿਆ ਕਿਉਂਕਿ ਜਿਹੇ ਮਾਰਗ ਕੇ ਗਨੇ ਜਾਏ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜਿਸ ਰਸਤੇ ਦੇ ਕੋ ਗਿਣੇ ਨਹੀਂ ਜਾਂਦੇ ਉਥੇ ਹਰੀ ਦੇ ਨਾਮ ਨਹੀਂ ਤੇਰੇ ਲਈ ਤੋਸਾ ਬਣਨਾ ਸੀ ਪਰ ਉਹ ਤਾਂ ਤੂੰ ਇਕੱਠਾ ਹੀ ਨਹੀਂ ਕੀਤਾ ਉਹ ਤਾਂ ਲਿਆ ਹੀ ਨਹੀਂ ਨਾਲ ਜੋ ਜਾਣਾ ਹੀ ਨਹੀਂ ਸੀ ਨਾਲ ਉਹ ਇਕੱਠਾ ਕਰਦਾ ਰਿਹਾ ਉਹ ਵਿਹਾਜਦਾ ਰਿਹਾ ਕਾਮ ਕ੍ਰੋਧ ਮੋਹ ਕੂਪ ਪਰਿਆ ਏ ਵਾਹਿਗੁਰੂ ਇਹ ਜਿਹੜਾ ਜੀਵ ਹੈ ਕਾਮ ਵਿੱਚ ਕ੍ਰੋਧ ਵਿੱਚ ਮੋਹ ਦੇ ਖੂ ਦੇ ਵਿੱਚ ਡਿੱਗਾ ਹੋਇਆ ਹੈ ਮਹਾਰਾਜ ਅਸੀਂ ਕਾਮ ਕ੍ਰੋਧ ਮੋਹ ਦੇ ਖੂਹ ਵਿੱਚ ਡਿੱਗੇ ਹੋਏ ਹਾਂ ਔਰ ਕੂਪ ਪਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ਼ ਨਾ ਬੂਝ ਖੂਹ ਵਿੱਚ ਡਿੱਗੇ ਹੋਏ ਡੱਡੂ ਦੇ ਸਮਾਨ ਸਾਡੀ ਦਸ਼ਾ ਹੈ ਮਹਾਰਾਜ ਵਿਕਾਰਾਂ ਦੇ ਖੂਹ ਵਿੱਚ ਅਸੀਂ ਡਿੱਗੇ ਪਏ ਹਾਂ ਸਾਨੂੰ ਕੋਈ ਸੋਝੀ ਨਹੀਂ ਸਮਝ ਨਹੀਂ ਕਿ ਇਸ ਖੂ ਦੇ ਵਿੱਚੋਂ ਕਿਵੇਂ ਬਾਹਰ ਨਿਕਲੀਏ ਹੋਰ ਪ੍ਰਸਾਦ ਨਾਨਕ ਕੋ ਤਰਿਆ ਰਾਜ ਜੀ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹੀ ਇਸ ਖੂ ਵਿੱਚੋਂ ਬਾਹਰ ਨਿਕਲਦੇ ਆ ਉਹੀ ਤਰਦੇ ਇਸ ਖੂ ਤੋਂ ਵਰਨਾ ਬਹੁਤੇ ਜੀਵ ਤਾਂ ਇਸ ਖੂ ਵਿੱਚ ਡਿੱਗ ਗਏ ਆਪਣੀ ਜ਼ਿੰਦਗੀ ਗਰਕ ਕਰ ਲੈਂਦੇ ਆ ਪਰ ਜਿਨ੍ਹਾਂ ਤੇ ਗੁਰੂ ਦਾ ਪ੍ਰਸਾਦ ਹੁੰਦਾ ਹੈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਇਸ ਖੂ ਦੇ ਵਿੱਚੋਂ ਤਰ ਜਾਂਦੇ ਨੇ ਪਾਰ ਉੱਤਰ ਜਾਂਦੇ ਹਨ ਟੋਡੇ ਮਹੱਲਾ ਪੰਜਵਾਂ ਹਮਾਰਾ ਇਕ ਹਰੇ ਹਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਆ ਫਰਮਾਉਂਦੇ ਹਨ ਸਾਡੇ ਤਾਂ ਬਸ ਇੱਕ ਹਰੀ ਹਰੀ ਹੈ ਬਸ ਇੱਕੋ ਹਰੀ ਉਹੀ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਐ ਸਾਡਾ ਆਨ ਅਵਰ ਸੁਹਾਨਾ ਕਰੇ ਜਿੱਥੇ ਹੋਰ ਨੂੰ ਤਾਂ ਮੈਂ ਕਿਸੇ ਨਾਲ ਪਛਾਣ ਹੀ ਨਹੀਂ ਬਣਾਈ ਮੇਰੀ ਹੋਰ ਕਿਸੇ ਨਾਲ ਪਛਾਣ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਨਹੀਂ ਕਿਸੇ ਹੋਰ ਨਾਲ ਪਛਾਣ ਪਾਈ ਬਸ ਸਾਡਾ ਤਾਂ ਇੱਕ ਹਰੀ ਐ ਮੇਰੀ ਉਹਦੇ ਨਾਲ ਹੀ ਪਛਾਣ ਐ ਉਸ ਤੋਂ ਬਿਨਾ ਮੈਂ ਨਹੀਂ ਹੋਰ ਕਿਸੇ ਨੂੰ ਪਛਾਣਦਾ ਜਿਵੇਂ ਪਰਦੇਸ ਵਿੱਚ ਗਈਏ ਉੱਥੇ ਕੋਈ ਸਾਡਾ ਇੱਕੋ ਇੱਕ ਮਿੱਤਰ ਪਿਆਰਾ ਹੋਵੇ ਆਪਾਂ ਕਹਿੰਦੇ ਆ ਸੱਜਣਾ ਇੱਥੇ ਤਾਂ ਸਵੇਲ ਅਸੀਂ ਤੈਨੂੰ ਹੀ ਪਛਾਣਦੇ ਸਿਆਣਦੇ ਆ ਤੇਰੇ ਬਿਨਾਂ ਸਾਨੂੰ ਨਹੀਂ ਹੋਰ ਕਿਸੇ ਦਾ ਪਤਾ ਇਸੇ ਤਰ੍ਹਾਂ ਇਹ ਸੰਸਾਰ ਵੀ ਤਾਂ ਇੱਕ ਪਰਦੇਸੀ ਹੈ ਤੇ ਜੀਵੇ ਦੇ ਵਿੱਚ ਪਰਦੇਸੀ ਬਣ ਕੇ ਆਇਆ ਹੈ ਇਹਦੇ ਵਿੱਚ ਅਸੀਂ ਕੇਵਲ ਇੱਕ ਹਰੀ ਨੂੰ ਪਛਾਣਦੇ ਹਾਂ ਉਸ ਤੋਂ ਬਿਨਾ ਸਾਨੂੰ ਹੋਰ ਕਿਸੇ ਦੀ ਪਛਾਣ ਨਹੀਂ ਹੈ ਹਾਂਜੀ ਰਹਾਓ ਵੱਡਾ ਭਾਗ ਘੁਰ ਅਪਨ ਪਾਇਓ ਵੱਡਿਆਂ ਭਾਗਾਂ ਕਰਕੇ ਅਸੀਂ ਆਪਣੇ ਗੁਰੂ ਦੀ ਪ੍ਰਾਪਤੀ ਕੀਤੀ ਹੈ ਸਾਨੂੰ ਸਾਡੇ ਗੁਰੂ ਜੀ ਪ੍ਰਾਪਤ ਹੋਏ ਨੇ ਵੱਡਿਆਂ ਭਾਗਾਂ ਕਰਕੇ ਹੋਏ ਨੇ ਘੁਰ ਮੋਕ ਹਰ ਨਾਮ ਦੜਾਇਓ ਪਾਤਸ਼ਾਹ ਨੇ ਸਾਨੂੰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਇਆ ਵਾਹਿਗੁਰੂ ਪਰਮੇਸ਼ਰ ਦਾ ਅਮਰਤ ਨਾਮ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਦ੍ਰਿੜ ਕਰਾਇਆ ਪਰਪੱਖ ਕਰਾਇਆ ਹੈ ਹਰ ਹਰ ਜਾਪ ਤਾਪ ਬਰਤ ਨੇ ਮਾਹ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਜਾਪ ਹੈ ਇਹੀ ਸਾਡੇ ਲਈ ਤਪ ਹੈ ਇਹੀ ਸਾਡੇ ਲਈ ਵਰਤ ਨੇ ਇਹੀ ਸਾਡੇ ਲਈ 15 ਪ੍ਰਕਾਰ ਦੇ ਨੇਮ ਹਨ ਹਰ ਹਰ ਧਿਆਏ ਕੁਸਲ ਸਭ ਖੇਮਾ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਜਦੋਂ ਧਿਆਈਏ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਆਚਾਰ ਵਿਵਹਾਰ ਜਾਤ ਹਰ ਗੁਨੀਆ ਸਾਡਾ ਆਚਾਰ ਸਾਡਾ ਵਿਵਹਾਰ ਸਾਡੀ ਜਾਤ ਸਭ ਕੁਝ ਹਰੀ ਅਕਾਲ ਪੁਰਖ ਪਰਮੇਸ਼ਰ ਹੀ ਹੈ ਵਾਹਿਗੁਰੂ ਸਾਡੀ ਜਾਤ ਹੈ ਵਾਹਿਗੁਰੂ ਸਾਡਾ ਆਚਾਰ ਆਚਰਣ ਹੈ ਵਾਹਿਗੁਰੂ ਹੀ ਸਾਡਾ ਵਿਵਹਾਰ ਹੈ ਵਾਹ ਆਨੰਦ ਕੀ ਰਤਨ ਹਰ ਸੁਨਿਆ ਜਦੋਂ ਅਸੀਂ ਹਰੀ ਦਾ ਕੀਰਤਨ ਸੁਣਿਆ ਉਹਦਾ ਕੀਰਤਨ ਸੁਣ ਕੇ ਸਾਡੇ ਮਨ 'ਚ ਆਨੰਦ ਹੀ ਆਨੰਦ ਵਰਤ ਗਿਆ ਮਹਾਨਾਂਦ ਸਾਨੂੰ ਉਸ ਵਾਹਿਗੁਰੂ ਦੇ ਕੀਰਤਨ ਨੂੰ ਸੁਣ ਕੇ ਪ੍ਰਾਪਤ ਹੋਇਆ ਕਹੁ ਨਾਨਕ ਜਿਨ ਠਾਕੁਰ ਪਾਇਆ ਸਤਿਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਆ ਜਿਨ੍ਹਾਂ ਨੇ ਠਾਕੁਰ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਪ੍ਰਾਪਤ ਕੀਤਾ ਹੈ ਸਭ ਕਿਛ ਤਿਸਕੇ ਗ੍ਰਹਿ ਮਹ ਆਇਆ ਉਹਦੇ ਘਰ ਵਿੱਚ ਸਾਰਾ ਕੁਝ ਆ ਜਾਂਦਾ ਜਿਸ ਨੇ ਰੱਬ ਪਾ ਲਿਆ ਰੱਬ ਨਾਲ ਸਾਰੀਆਂ ਨਿਆਮਤਾ ਆ ਗਈਆਂ ਸਾਰਾ ਕੁਝ ਉਹਨਾਂ ਨੂੰ ਵਾਹਿਗੁਰੂ ਨੂੰ ਪ੍ਰਾਪਤ ਕਰਕੇ ਘਰ ਵਿੱਚ ਹੀ ਪ੍ਰਾਪਤ ਹੋ ਗਿਆ ਫਿਰ ਉਹਨਾਂ ਦੀ ਅਵਸਥਾ ਬਣੀ ਸਭ ਕੁਝ ਘਰ ਮੈਂ ਬਾਹਰ ਨਹੀਂ ਹੁਣ ਘਰ ਵਿੱਚੋਂ ਹੀ ਸਭ ਕੁਝ ਹਾਸਲ ਹੋ ਗਿਆ ਪ੍ਰਾਪਤ ਹੋ ਗਿਆ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਔਰ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਆਬ ਨੰਮਰਤ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ अनेका ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਵਾਹਿ